ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਆਮ ਆਦਮੀ ਪਾਰਟੀ ਦਾ ਵਿਧਾਇਕ। ਹਾਦਸੇ ਦੌਰਾਨ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, ਮੌਕੇ ਤੇ ਫੈਲੀ ਅਫਰਾ ਤਫਰੀ। ਇੱਕ ਵਿਅਕਤੀ ਦੀ ਹਾਦਸੇ 'ਚ ਹੋਈ ਮੌਤ। ਸਤਿ ਸ਼੍ਰੀ ਅਕਾਲ ਤੇ ਟੀਵੀ NRI ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਅੰਜਲੀ। ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਸੜਕ ਹਾਦਸਾ ਵਾਪਰਿਆ ਜੀ ਨੈਸ਼ਨਲ ਹਾਈਵੇ ਤੇ, ਜਿਸ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ ਤੇ ਕਈ ਹੋਰ ਲੋਕ ਵੀ ਜਿਹੜੇ ਨੇ ਜ਼ਖਮੀ ਦੱਸੇ ਜਾ ਰਹੇ ਨੇ। ਇਹ ਹਾਦਸਾ ਕੱਲ੍ਹ ਨੈਸ਼ਨਲ ਹਾਈਵੇ ਤੇ ਵਾਪਰਿਆ ਸੀ। ਦੋ ਕਾਰਾਂ ਦੀ ਇਸ ਤਰ੍ਹਾਂ ਜ਼ਬਰਦਸਤ ਟੱਕਰ ਹੁੰਦੀ ਹੈ ਕਿ ਟੱਕਰ ਤੋਂ ਬਾਅਦ ਇਹ ਕਾਰਾਂ ਜਿਹੜੀਆਂ ਨੇ ਖੇਤਾਂ ਦੇ ਵਿੱਚ ਜਾ ਡਿੱਗਦੀਆਂ ਨੇ, ਜਿਸ ਤੋਂ ਬਾਅਦ ਮੌਕੇ 'ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਅਫਰਾ ਤਫਰੀ ਫੈਲ ਜਾਂਦੀ ਹੈ ਮੌਕੇ 'ਤੇ ਹੀ ਅਤੇ ਇਸ ਦੇ ਨਾਲ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਇਸ ਸਾਰੀ ਘਟਨਾ ਦੇ ਬਾਰੇ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਉਸਦੇ ਮੁਤਾਬਿਕ ਵਿਧਾਇਕ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੋਂਗ ਜਿਹੜੇ ਨੇ ਉਹ ਚੰਡੀਗੜ੍ਹ ਜਾ ਰਹੇ ਸਨ, ਪਰ ਇਸ ਦੇ ਦੌਰਾਨ ਹੀ ਜਲੰਧਰ ਚੰਡੀਗੜ੍ਹ ਸਟੇਟ ਹਾਈਵੇ ਤੇ ਲੰਗਰੋਆ ਦੇ ਵਿੱਚ ਇਹ ਜਿਹੜਾ ਹਾਦਸਾ ਵਾਪਰਿਆ ਦੱਸਿਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਇਹ ਆਪਣੀ ਫੋਰਚੂਨਰ ਕਾਰ ਦੇ ਵਿੱਚ ਦਲਬੀਰ ਸਿੰਘ ਟੋਂਗ ਜਾ ਰਹੇ ਸਨ। ਉਸੇ ਦੌਰਾਨ ਇੱਕ ਸਵਿਫਟ ਗੱਡੀ ਆਉਂਦੀ ਹੈ ਸਾਹਮਣੇ ਤੋਂ, ਜਿਸ ਦੇ ਵਿੱਚ ਕਿ ਇੱਕ ਸੀਨੀਅਰ ਵਿਅਕਤੀ ਬੈਠਾ ਹੋਇਆ ਸੀ। ਉਹ ਇਹਨਾਂ ਦੋਵਾਂ ਕਾਰਾਂ ਦੀ ਜਿਹੜੀ ਹੈ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ। ਟੱਕਰ ਦੇ ਵਿੱਚ ਹੀ ਦੂਸਰੀ ਕਾਰ ਦਾ ਜਿਹੜਾ ਚਾਲਕ ਸੀਗਾ ਸਵਿਫਟ ਕਾਰ ਚਾਲਕ, ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜੋ ਕਾਰ ਦੇ ਵਿੱਚ ਸਵਾਰ ਸੀ ਉਹ ਜਿਹੜਾ ਹੈ ਜ਼ਖਮੀ ਹੋ ਗਿਆ, ਉਸਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਇਸ ਸਾਰੇ ਮਾਮਲੇ 'ਤੇ ਹੁਣ ਦਲਬੀਰ ਸਿੰਘ ਟੋਂਗ ਜਿਹੜੇ ਨੇ ਆਪਣਾ ਬਿਆਨ ਉਹਨਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਵਾਪਸ ਬਾਬਾ ਬਕਾਲਾ ਚਲੇ ਗਏ ਸਨ। ਉਹਨਾਂ ਦੇ ਵੱਲੋਂ ਹੋਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਜਿਹੜੀ ਹੈ ਜਨਤਕ ਨਹੀਂ ਕੀਤੀ ਗਈ ਕਿ ਆਖਿਰਕਾਰ ਇਹ ਜਿਹੜਾ ਹਾਦਸਾ ਕਿਸ ਦੀ ਗਲਤੀ ਦੇ ਕਰਕੇ ਵਾਪਰਿਆ ਸੀ। ਪਰ ਇਸ ਹਾਦਸੇ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਜ਼ਰੂਰ ਹੋ ਗਈ ਹੈ ਤੇ ਦਲਬੀਰ ਸਿੰਘ ਟੋਂਗ ਨੂੰ ਵੀ ਕਈ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਨੇ। ਕਰਵਾਓ ਮਨ ਜਹਾਂ ਪਿਆਰ ਪਾਓ, ਗੈਟ ਐਕਸ ਲਵ ਬੈਕ ਇਨ ਯੋਰ ਲਾਈਫ। ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ ਖੋਇਆ ਪਿਆਰ ਵਾਪਸ ਪਾਉਣਾ, ਪ੍ਰੇਮ ਵਿਆਹ ਲਈ ਮਾਤਾ ਪਿਤਾ ਨੂੰ ਮਨਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਲਾਟਰੀ ਨੰਬਰ ਪਾਓ 649 ਜਾਂ ਹੋਵੇ ਲੋਟੋ ਮੈਕਸ, ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਨੂੰ ਖੂਨ ਦੇਖਣ ਜੋ ਨਹੀਂ ਰੋਣ ਦੇਵਾਂ। Hi guys, I hope you all are good. अगर आपके लाइफ में कोई भी प्रॉब्लम है रिलेटेड टू योर लव, करियर, बिजनेस, फैमिली इश्यूज या फिर और कोई प्रॉब्लम है, बिल्कुल DM कर सकते हो। आप इनसे डायरेक्ट व्हाट्सएप कॉन्टेक्ट कर सकते हो। अगर आपको कोई भी डाउट है तो आप इनसे डायरेक्ट जाकर मिल भी सकते हो।